ਸਰ ਬਾਰ ਬਾਰ ਇੱਕ ਕੁਐਸਚਨ ਪੁੱਛਿਆ ਜਾ ਰਿਹਾ ਹੈ ਕਿ ਕੀ ਬੀਐਡ ਦਾ ਜਿਹੜਾ 2 ਸਾਲ ਦਾ ਕੋਰਸ ਚੱਲ ਰਿਹਾ ਹੈ, ਕੀ ਇਹ ਕੋਰਸ ਬੰਦ ਹੋ ਜਾਏਗਾ? ਕਿਉਂਕਿ ਜਿਵੇਂ ਤੁਹਾਨੂੰ ਪਤਾ ਹੈ ਕਿ ਆਈਟੈਪ ਪਲੱਸ ਟੂ ਕਰਨ ਇੰਟੀਗ੍ਰੇਟਡ ਤੋਂ ਟੀਚਰ ਬਾਅਦ ਐਜੂਕੇਸ਼ਨ ਪ੍ਰੋਗਰਾਮ ਮਤਲਬ ਫੋਰ ਈਅਰ ਬੀਏ ਵਿਦ ਇੰਟੀਗ੍ਰੇਟਡ ਬੀਐਡ ਕੋਰਸਿਸ ਕਈ ਕਾਲਜਸ ਦੇ ਵਿੱਚ ਡਿਗਰੀ ਕਾਲਜਸ ਦੇ ਵਿੱਚ ਸ਼ੁਰੂ ਹੋ ਚੁੱਕੇ ਨੇ। ਸੋ ਕੀ ਇਹ 2 ਸਾਲ ਵਾਲਾ ਕੋਰਸ ਬੀਐਡ ਦਾ ਬੰਦ ਹੋ ਜਾਏਗਾ? ਕੀ ਜਿਹੜੇ ਬੀਐਡ ਕਾਲਜਸ ਨੇ ਉਹ ਵੀ ਬੰਦ ਹੋ ਜਾਣਗੇ? ਸੋ ਇਹ 'ਤੇ ਥੋੜ੍ਹਾ ਚਾਨਣ ਪਾਓ। ਚਾਨਣ ਕੀ ਪਾਈਏ, ਇੰਨਾ ਪਿਆਰਾ ਮਹਿਮਾਨ ਸਾਡੇ ਕੋਲ ਆਇਆ, ਉਹ ਮੇਰਾ ਧਿਆਨ ਆਕਰਸ਼ਿਤ ਕਰ ਰਹੇ ਨੇ, ਥੈਂਕ ਯੂ ਸਾਡੇ ਸਟੂਡੀਓ ਵਿੱਚ ਆਉਣ ਲਈ। ਸਰ ਤੁਹਾਡੀ ਗੱਲ ਠੀਕ ਹੈ, ਜਿਹੜਾ ਆਈ ਟੈਪ ਵਾਈਟ ਲੈ ਲਈਏ ਨਾ, ਹੋਇਆ ਨਹੀਂ, ਓਕੇ, ਇੰਟੀਗ੍ਰੇਟਡ ਟੀਚਰ ਐਜੂਕੇਸ਼ਨ ਪ੍ਰੋਗਰਾਮ ਇਹ 4 ਈਅਰ ਚੱਲ ਰਿਹਾ ਹੈ, 4 ਈਅਰਸ ਹੋ ਗਿਆ। ਦੂਸਰਾ ਸਾਡੇ ਕੋਲ ਬੀ ਐੱਡ ਚੱਲ ਰਹੀ ਹੈ 2 ਈਅਰ, ਓਕੇ ਜੀ। ਇਹ ਜਿਹੜੇ ਕੋਰਸਿਸ ਚੱਲ ਰਹੇ ਨੇ ਬੀ ਐੱਡ, ਇਹ 2 ਤਰ੍ਹਾਂ ਦੇ ਨੇ, ਇੱਕ ਤਾਂ ਸਟੈਂਡ ਅਲੋਨ ਇੰਸਟੀਟਿਊਟ ਨੇ ਜੀ, ਸਟੈਂਡ ਅਲੋਨ, ਨਿਊ ਐਜੂਕੇਸ਼ਨ ਪਾਲਿਸੀ ਵਿੱਚ ਇਹ ਟਰਮ ਵਾਰ ਵਾਰ ਵਰਤੀ ਗਈ ਹੈ ਕਿ ਸਟੈਂਡ ਅਲੋਨ ਇੰਸਟੀਟਿਊਟ ਬੰਦ ਕਰ ਦਿੱਤੇ ਜਾਣਗੇ। ਉਹਦਾ ਮਤਲਬ ਇਹ ਹੈ ਕਿ ਜਿਹੜੇ ਸਿੰਗਲ ਡਿਸਿਪਲਿਨ ਨੂੰ ਚਲਾ ਰਹੇ ਨੇ, ਸਿੰਗਲ ਡਿਸਿਪਲਿਨ ਦਾ ਮਤਲਬ ਕੀ ਹੈ ਕਿ ਬੀ ਐੱਡ ਕਾਲਜ ਸਿਰਫ ਐਜੂਕੇਸ਼ਨ, ਬੀ ਬੈਚਲਰ ਆਫ ਐਜੂਕੇਸ਼ਨ, ਐਜੂਕੇਸ਼ਨ ਦੇ ਡਿਸਿਪਲਿਨ ਨੂੰ ਇਹ ਚਲਾ ਰਹੇ ਨੇ। ਇਸੇ ਤਰ੍ਹਾਂ ਦੂਸਰੀਆਂ ਇੰਸਟੀਟਿਊਟ ਹੈ ਜਿਹੜੀਆਂ ਬੰਦ ਹੋਣ ਦੇ ਜਿਹਨਾਂ 'ਤੇ ਸ਼ੱਕ ਕੀਤਾ ਜਾਂਦਾ ਹੈ, ਸੇਮ ਕੁਸ਼ਚਨ ਉਹਨਾਂ 'ਤੇ ਆ ਰਿਹਾ ਹੈ, ਉਹ ਹਨ ਲਾ, ਓਕੇ, ਉਹ ਵੀ ਇੰਡੀਪੈਂਡੈਂਟ ਇੰਸਟੀਟਿਊਟ ਚੱਲ ਰਹੀਆਂ ਨੇ। ਤੀਸਰਾ ਸਾਡੇ ਕੋਲ ਇੰਸਟੀਟਿਊਟ ਆ, ਮੈਂ ਇੱਧਰ ਡਰਾ ਕਰ ਦਾਂਗਾ, ਜਿਹੜੇ ਡਿਗਰੀ ਕਾਲਜ ਨੇ, ਡਿਗਰੀ ਕਾਲਜ ਫੋਰ ਐਗਜ਼ਾਮਪਲ ਡਿਗਰੀ ਕਾਲਜ ਆ, ਉਹਦੇ ਵਿੱਚ ਹਿਸਟਰੀ ਸਬਜੈਕਟ ਵੀ ਹੈ, ਪੋਲੀਟੀਕਲ ਸਬਜੈਕਟ ਵੀ ਹੈ, ਸਾਇੰਸ ਵੀ ਹੈ, ਹੈ ਨਾ, ਇਕਨੋਮਿਕਸ ਵੀ ਹੈ, ਲੈਂਗੁਏਜ ਵੀ ਹੈ, ਇਹ ਮਲਟੀ ਡਿਸਿਪਲਿਨਰੀ ਵਿੱਚ ਆ ਗਏ। ਇਟ ਮੀਨਸ ਜਿਹੜੇ ਡਿਗਰੀ ਕਾਲਜ ਨੇ ਉਹ ਨਿਊ ਐਜੂਕੇਸ਼ਨ ਪਾਲਿਸੀ ਦੀ ਜਿਹੜੀ ਡਾਇਰੈਕਸ਼ਨ ਹੈ ਕਿ ਮਲਟੀ ਡਿਸਿਪਲਿਨਰੀ ਅਪਰੋਚ ਹਾਇਰ ਐਜੂਕੇਸ਼ਨ 'ਚ ਅਪਣਾਈ ਜਾਏਗੀ, ਉਹ ਡਿਗਰੀ ਕਾਲਜ ਉੱਤੇ ਪੂਰੇ ਉੱਤਰ ਰਹੇ ਨੇ, ਪ੍ਰੋਵਾਈਡਡ ਉਹ ਬਾਕੀ ਸ਼ਰਤਾਂ ਪੂਰੀਆਂ ਕਰਦੇ ਹਨ। ਉਹ ਸ਼ਰਤਾਂ ਕੀ ਨੇ ਕਿ ਮਿਨੀਮਮ ਉਹ ਨੈਕ ਜਿਹੜੀ ਹੈ ਕਰਵਾਈ ਹੋਵੇ, ਇਸ ਤੋਂ ਇਲਾਵਾ ਜੇ ਇਹ ਕਾਲਜ ਕੌਣ ਲੈ ਸਕਦਾ ਹੈ, ਆਈ ਟੈਪ ਕੌਣ ਲੈ ਸਕਦਾ ਹੈ, ਜਿਹੜਾ 10 ਪੁਆਇੰਟਸ NCT ਨੇ 10 ਪੁਆਇੰਟਸ ਦਿੱਤੇ ਨੇ, ਉਹਦੇ ਵਿੱਚੋਂ ਕੋਈ ਵੀ ਕਾਲਜ ਜਿਹੜਾ ਹੈ ਨੈਕ ਕੀਤੇ ਬਿਨਾਂ ਇਹ 10 ਪੁਆਇੰਟਸ ਨਹੀਂ ਲੈ ਸਕਦੇ। ਠੀਕ, ਉਹ 10 ਪੁਆਇੰਟਸ ਕਿਤੇ ਹੋਰ ਵੀਡੀਓ ਵਿੱਚ ਦੱਸ ਦਾਂਗਾ, ਉਹ ਸਿਰਫ ਲੈ ਸਕਣਗੇ ਸਿਰਫ ਇਸ ਤਰ੍ਹਾਂ ਦੇ ਕੋਰਸ ਪਲੱਸ ਜਿਨ੍ਹਾਂ ਨੇ ਨੈਕ ਵਗੈਰਾ ਕਰਾਈ ਹੈ। ਸੋ ਪ੍ਰੋਬੇਬਿਲਿਟੀ ਇਹ ਹੈ ਕਿ ਆਈ ਟੈਪ ਇਹ ਲੈ ਲੈਣਗੇ, ਪਰ ਇਹਦੇ ਨਾਲ ਇਹ ਬੰਦ ਹੋ ਜਾਏਗੀ ਇਸ ਤਰ੍ਹਾਂ ਤਾਂ ਨਹੀਂ ਹੋਏਗਾ। ਹਾਂ, ਇਹਨਾਂ ਨੂੰ ਜਿਹੜਾ ਸਟਰੈਂਥ ਇਹਨਾਂ ਦੀ ਸਟੂਡੈਂਟਸ ਦੀ ਹੈ ਘਟਣ ਦੀ ਪ੍ਰੋਬੇਬਿਲਿਟੀ ਹੈ, ਉਹ ਜ਼ਰੂਰ ਹੋ ਜਾਏਗੀ, ਕਿਉਂਕਿ ਬੱਚੇ ਨੇ 10+2 ਵਿੱਚ 12ਵੀਂ ਕਲਾਸ ਤੋਂ ਬਾਅਦ ਉਸਨੇ ਇੱਧਰ ਆਈ ਟੈਪ ਵਿੱਚ ਇਹਨਾਂ ਕਾਲਜਾਂ ਵਿੱਚ ਚਲੇ ਜਾਣਾ ਹੈ। ਨੈਚੁਰਲੀ ਹੈ ਕਿ ਉਹ ਸਟਰੈਂਥ ਘਟ ਗਈ ਹੈ, ਉਹ ਸਟੈਂਡ ਅਲੋਨ BA BEd ਜਿਹੜੀ, ਸੋਰੀ, ਜਿਹੜੀ 2 ਈਅਰ ਦੀ ਚੱਲ ਰਹੀ ਸੀ, ਉਹ ਫਿਰ ਉੱਥੇ ਤੱਕ ਸਟਰੈਂਥ ਦਾ ਫਰਕ ਪਏਗਾ। ਮੇਰਾ ਹੋਰ ਆ ਕਿ ਜਿੱਦਾਂ ਇਹ ਜੋ ਚੀਜ਼ BEd ਤੇ ਲਾਗੂ ਹੁੰਦੀ ਹੈ, ਕੀ ਜਿੱਦਾਂ ਕਈ ਕਾਲਜਸ ਫਿਜ਼ੀਕਲ ਐਜੂਕੇਸ਼ਨ ਦੇ ਵੀ ਚੱਲ ਰਹੇ ਨੇ, ਇਦਾਂ ਸਟੈਂਡ ਅਲੋਨ ਕਾਲਜਸ ਜਿਹੜੇ BBEd MBEd ਕਰਵਾ ਰਹੇ ਨੇ, ਕੀ ਉਹਨਾਂ ਤੇ ਵੀ ਇਸ ਚੀਜ਼ ਦਾ ਸੇਮ ਅਸਰ ਪਏਗਾ? ਲੇਕਿਨ ਇਹ ਲੰਬੀ ਵਾਰਤਾਲਾਪ ਕਰਨ ਵਾਲੀ ਗੱਲ ਹੈ। ਜਿਹੜੇ ਸਟੈਂਡ ਅਲੋਨ ਹੈ ਉਹ ਬੰਦ ਕਰਨ ਦੀ ਇਹ ਪਾਲਿਸੀ ਵਿੱਚ ਹੈ, ਲੇਕਿਨ ਉਹ ਡਾਇਰੈਕਟਲੀ ਬੰਦ ਨਹੀਂ ਕੀਤੇ ਜਾ ਸਕਦੇ, ਉਸ ਉਹਨੂੰ ਖਤਰਾ ਪੈਦਾ ਕੀਤਾ ਜਾ ਸਕਦਾ ਹੈ ਕਿ ਮਲਟੀ ਡਿਸਪਲਿਨਰੀ ਇਹਨਾਂ ਨੂੰ ਉਹ ਕੋਰਸ ਨਵੇਂ ਦੇ ਦਿੱਤੇ ਗਏ, ਇਹਨਾਂ ਨੂੰ ਉਹ ਕੋਰਸ ਨਹੀਂ ਦਿੱਤੇ ਗਏ, ਇਹ ਕੋਰਸ ਤਾਂ ਹੀ ਲੈ ਸਕਦੇ ਨੇ। ਮੈਂ ਦੱਸਿਆ ਸਟੈਂਡ ਅਲੋਨ ਹੈ, ਕਈ ਸੇਮ ਮੈਨੇਜਮੈਂਟਸ ਦੇ ਦੂਸਰੇ ਨਾਲ ਡਿਗਰੀ ਕਾਲਜ ਚੱਲ ਰਹੇ ਨੇ, ਨੈਚੁਰਲੀ ਹੈ ਕਿ ਉਹ ਸੇਮ ਮੈਨੇਜਮੈਂਟ ਵਿੱਚ ਉਹ ਕੋਰਸ ਇੱਧਰੋਂ ਇੱਧਰ
ਸ਼ਿਫਟ ਹੋ ਜਾਏਗਾ। ਪਰ ਇਹ ਪ੍ਰੋਵੀਜ਼ਨ ਰਹੇਗੀ ਕਿ 2 ਸਾਲ ਦੀ ਬੀਐਡ ਜਿਨ੍ਹਾਂ ਨੇ 2 ਸਾਲ ਦੀ ਕੀਤੀ ਹੈ ਉਹਨਾਂ ਨੂੰ ਜੋਬ ਨਹੀਂ ਮਿਲੇਗੀ, ਇਸ ਤਰ੍ਹਾਂ ਨਹੀਂ ਹੋ ਸਕਦਾ, ਸੁਪਰੀਮ ਕੋਰਟ 'ਚ ਜਾਵਾਂਗੇ। ਦੂਸਰੀ ਹੈ ਕਿ ਜਿਹੜੀ ਸਰਕਾਰ ਨੇ ਪੋਲਿਸੀ ਬਣਾਈ ਹੈ ਅਤੇ ਨਵੀਂ ਸਰਕਾਰ 'ਚ ਜੇ ਤਬਦੀਲੀ ਆ ਜਾਂਦੀ ਹੈ, ਮੰਨ ਲਓ ਤਬਦੀਲੀ ਇਸ ਤਰ੍ਹਾਂ ਦੀ ਕੋਈ ਆ ਜਾਂਦੀ ਹੈ, ਹਾਂ ਵਿਰੋਧ ਹੈ ਰਾਜਸਥਾਨ ਵਿੱਚ, ਕਿਉਂ ਨਹੀਂ ਰਾਜਸਥਾਨ ਜਿਹੜਾ ਉਹ ਕੇਸ ਪੈਦਾ ਹੋਇਆ ਸੀ ਕਿ ਬੀ ਐੱਡ ਜਿਨ੍ਹਾਂ ਨੇ ਕੀਤੀ ਹੈ ਉਹ ਈ ਟੀ ਟੀ ਦੀ ਪੋਸਟ ਲਈ ਅਪਲਾਈ ਨਹੀਂ ਕਰ ਸਕਦੇ, ਅਤੇ ਬਾਕੀ ਜੋ ਦੇਸ਼ ਵਿੱਚ ਹੈ, ਰਾਜਾਂ ਵਿੱਚ ਹੈ, ਉੱਥੇ ਕੋਈ ਓਬਜੈਕਸ਼ਨ ਨਹੀਂ ਆਇਆ, ਲੇਕਿਨ ਜਿੱਥੇ ਦੂਸਰੀ ਪਾਰਟੀ ਸੀ ਕਾਂਗਰਸ ਸੀ ਉੱਥੇ ਇਹਦਾ ਵਿਰੋਧ ਹੋਇਆ ਕਿ ਅਸੀਂ ਨਹੀਂ ਐਕਸੈਪਟ ਕਰਦੇ। ਸਾਡੇ ਸਟੇਟ ਵਿੱਚ ਬੀ ਐੱਡ ਜਿਨ੍ਹਾਂ ਨੇ ਕੀਤੀ ਹੈ ਉਹ ਈ ਟੀ ਟੀ ਲਈ ਨਹੀਂ ਅਪਲਾਈ ਕਰ ਸਕਣਗੇ, ਹੈ ਨਾ। ਜਦੋਂ ਇਹ ਕੋਰਟ ਵਿੱਚ ਕੇਸ ਜਾਂਦਾ ਹੈ ਤਾਂ ਫਿਰ ਨੈਚੁਰਲੀ ਹੈ ਕਿ ਉਹ ਸਟੇਟ 'ਤੇ ਸੁੱਟ ਦਿੱਤਾ ਜਾਂਦਾ ਹੈ, ਜੇ ਸਟੇਟ ਚਾਹੇਗੀ ਤਾਂ ਉਹ ਕਰ ਸਕੇਗੀ, ਸਟੇਟ ਨਹੀਂ ਚਾਹੇਗੀ ਤਾਂ ਨਹੀਂ ਕਰੇਗੀ। ਹੁਣ ਜਿੱਥੇ ਵਿਰੋਧੀ ਦਲ ਸੀ ਉੱਥੇ ਉਹ ਪੋਲਿਸੀ ਅਪਲਾਈ ਨਹੀਂ ਹੋ ਸਕੀ। ਇਸੇ ਤਰ੍ਹਾਂ ਨਿਊ ਐਜੂਕੇਸ਼ਨ ਪੋਲਿਸੀ, ਜੇਕਰ ਗੌਰਮੈਂਟ ਵਿੱਚ ਵੀ ਤਬਦੀਲੀ ਆਉਂਦੀ ਹੈ ਤਾਂ ਇਸ ਨਿਊ ਐਜੂਕੇਸ਼ਨ ਦੀ ਇੰਪਲੀਮੈਂਟੇਸ਼ਨ ਵਿੱਚ ਤਬਦੀਲੀ ਦੇ ਚਾਂਸਿਸ ਉਹ ਵੱਧ ਜਾਣਗੇ। ਸੋ ਉੱਥੇ ਸਿਨੈਰੀਓ ਹੋਰ ਹੋ ਸਕਦਾ ਹੈ ਕਿ ਹੋ ਸਕਦਾ ਹੈ ਰਿਲੈਕਸੇਸ਼ਨ ਜਾਂ ਸੁਪਰੀਮ ਕੋਰਟ ਕੋਲ ਜਾ ਕੇ ਸਟੈਂਡ ਅਲੋਨ ਇੰਸਟੀਟਿਊਟ ਸਰਵਾਈਵ ਕਰਨ ਵੱਲ ਹੋਰ ਜਾਣ, ਅਤੇ ਉੱਥੇ ਜਿਹੜੀ ਬੀ ਐੱਡ 2 ਸਾਲ ਦੀ ਬੰਦ ਹੋਣ ਦੇ ਆਸਾਰ ਹਜੇ ਤੱਕ ਜ਼ਿਆਦਾ ਦਿਖਾਈ ਨਹੀਂ ਦਿੰਦੇ। ਦੂਸਰਾ, ਇਹ ਵੀ ਐਕਸਪੈਰੀਮੈਂਟ ਫੇਜ਼ ਚੱਲ ਰਿਹਾ ਹੈ ਇਹਨਾਂ ਦਾ ਕਿ ਕਿੰਨੇ ਬੱਚੇ ਇੱਧਰ ਅਨਰੋਲ ਹੋਣੇ ਨੇ। ਮੈਂ ਇਹ ਗੱਲ ਦੱਸ ਦਾਂ ਕਿ ਆਈ ਟੈਪ 'ਤੇ ਜਿੰਨੇ ਵੀ ਪਹਿਲਾਂ ਤੋਂ ਕੋਰਸ ਜਿਹੜੇ ਕਾਲਜਾਂ 'ਚ ਚੱਲ ਰਹੇ ਨੇ ਉਹਨਾਂ ਵਿੱਚ ਜਿੱਥੇ ਜਿੱਥੇ ਅਸੀਂ ਐਗਜ਼ਾਮ ਵੀ ਲੈਣ ਜਾਂਦੇ ਹਾਂ ਜਾਂ ਮੇਰੇ ਸਾਥੀ ਜਾਂਦੇ ਨੇ, ਇੱਕ ਕਾਲਜ ਵਿੱਚ 50 ਦਾ ਯੂਨਿਟ ਹੈ, 16 ਬੱਚੇ ਹੈ ਉੱਥੇ ਹਜੇ ਤੱਕ ਅਨਰੋਲ ਹੋਏ। ਕਿਉਂਕਿ ਕੀ ਗੱਲ ਹੁੰਦੀ ਹੈ ਸਰ, ਜਦੋਂ ਆਪਾਂ ਪਲੱਸ ਟੂ ਕਰਕੇ ਬੱਚਾ ਆਉਂਦਾ ਹੈ, ਬੈਚਲਰਸ ਕਰਦਾ ਹੈ, ਤਾਂ ਜਦੋਂ ਮੇਰੇ ਨਾਲ ਵੀ ਹੋਇਆ ਕਿ ਜਦੋਂ ਬੱਚਾ ਫਸਟ ਜਾਂ ਸੈਕਿੰਡ ਈਅਰ ਦੇ ਵਿੱਚ ਹੁੰਦਾ ਹੈ, ਉਹਦੇ ਕਈ ਦੀ ਮਾਇੰਡ ਬਣਦੇ ਨੇ ਮੈਂ ਆਹ ਕਰਨਾ ਮੈਂ ਆਹ ਕਰਨਾ, ਬਿਲਕੁਲ। ਅਤੇ ਜਦੋਂ 4 ਸਾਲ ਵਾਲੇ 'ਚ ਦਾਖਲਾ ਲੈਣਾ ਤਾਂ ਕਿਤੇ ਨਾ ਕਿਤੇ ਮੇਰੇ ਹਿਸਾਬ ਨਾਲ ਉਹ ਘਾਟਾ ਵੀ ਹੈ। ਉਸ ਨੂੰ ਕੈਰੀਅਰ ਮੈਚਿਓਰਿਟੀ ਕਹਿੰਦੇ ਆ, ਕਿ ਪਲੱਸ ਟੂ ਤੋਂ ਤੱਕ ਹਜੇ ਕੈਰੀਅਰ ਮੈਚਿਓਰਿਟੀ ਸਾਡੇ ਬੱਚਿਆਂ ਕੋਲ ਨਹੀਂ ਹੁੰਦੀ, ਇੰਨੇ ਕੇਸ ਨੇ ਕਿ ਗਾਈਡੈਂਸ ਐਂਡ ਕਾਉਂਸਲਿੰਗ ਤੋਂ ਮੇਰਾ ਖੁਦ ਦਾ ਕੇਸ ਹੈਗਾ ਇਹ। ਹਾਂ, ਮੈਂ ਖੁਦ ਜਿਹੜਾ ਮਤਲਬ ਜਿਹੜੇ ਸਬਜੈਕਟ ਲਏ ਸੀ ਜੀ, ਚਲੋ ਇਸ ਦੀ ਸਟੋਰੀ ਬਾਅਦ ਵਿੱਚ ਕਿਤੇ ਦੱਸਾਂਗਾ। ਸੋ ਇਹ ਅਨਸਰਟਨਟੀ ਹੈ, ਲੇਕਿਨ ਸਟਿਲ ਹਜੇ ਤੱਕ ਇਹ ਕੋਰਸ ਸਿੱਧੇ ਚੱਲ ਰਹੇ ਨੇ, 2 ਸਾਲਾ ਕੋਰਸ ਵੀ ਚੱਲ ਰਿਹਾ, ਇਹ ਵੀ ਨਾਲ ਚੱਲ ਰਹੇ ਨੇ। ਇਹ ਸਿਰਫ ਗੌਰਮੈਂਟ ਇੰਸਟੀਟਿਊਟ ਔਰ ਯੂਨੀਵਰਸਿਟੀਜ਼ ਨੂੰ ਦਿੱਤੇ ਜਾ ਰਹੇ ਨੇ, ਹਜੇ ਪ੍ਰਾਈਵੇਟ ਇੰਸਟੀਟਿਊਟ ਨੂੰ ਹਜੇ ਪਹਿਲਾਂ ਦੇ ਦਿੱਤੇ ਹੋਏ ਨੇ, ਲੇਕਿਨ ਉਹਨਾਂ ਨੂੰ ਇਹ 10 ਪੁਆਇੰਟਸ ਲੈਣੇ ਪੈਣਗੇ ਜਾਂ ਨੈਕ ਵਗੈਰਾ ਜਿਹੜੀ ਹੈ ਕਰਵਾਉਣੀ ਪਏਗੀ। ਸੋ ਸਿੱਧਾ ਕਿਹਾ ਜਾਏ ਕਿ ਇਹ ਬੰਦ ਹੋ ਜਾਣਗੇ, ਅਜਿਹਾ ਕੁਛ ਨਹੀਂ ਹੈ, ਅਜੇ ਅਨਸਰਟਨਟੀ ਬਣੀ ਹੋਈ ਹੈ। ਦੋਨੋਂ ਯੁੱਧ ਕਰਨਗੇ, ਸਰਵਾਈਵ ਕਰਨ ਲਈ ਸੁਪਰੀਮ ਕੋਰਟ ਵੀ ਬੈਠੀ ਹੈ ਔਰ ਸਰਕਾਰ ਦੀ ਤਬਦੀਲੀ ਦੇ ਆਸਾਰ ਜਿਹੜੇ ਨਜ਼ਰ ਆ ਰਹੇ ਨੇ, ਕੁਛ ਵੀ ਹੋ ਸਕਦਾ ਹੈ। ਸੋ ਨੈਕਸਟ ਵੀਡੀਓ 'ਚ ਕਈ ਕੁਐਸਚਨਸ ਹੈਗੇ ਕਿ ਮਾਸਟਰ ਕੈਡਰ ਦੀਆਂ ਪੋਸਟਾਂ ਕਦੋਂ ਆ ਰਹੀਆਂ ਹੈ, ਅਤੇ ਨੈਕਸਟ ਵੀਡੀਓ 'ਚ ਆਪਾਂ ਉਹਦੇ ਬਾਰੇ ਗੱਲਬਾਤ ਕਰਾਂਗੇ ਕਿ ਮਾਸਟਰ ਕੈਡਰ ਦੀਆਂ ਪੋਸਟਾਂ ਹਾਂਜੀ ਕਦੋਂ ਆ ਰਹੀ ਹੈ। ਠੀਕ ਹੈ, ਸੋ ਤਿਆਰੀ ਲਈ ਤੁਸੀਂ ਬੀ ਐੱਡ 2 ਸਾਲ ਦੀ ਹੈ, ਬੇਸ਼ੱਕ ਆਈ ਟੈਪ ਹੈ, ਕੋਰਸ ਚੱਲ ਰਹੇ ਨੇ, ਫਰੀ ਟੈਸਟ ਲਏ ਜਾ ਰਹੇ ਨੇ, ਉਹਨਾਂ ਨੂੰ ਜੁਆਇਨ ਕਰ ਸਕਦੇ ਹੋ, ਮੌਕ ਟੈਸਟ ਲਏ ਜਾ ਰਹੇ ਨੇ। ਇਸ ਤੋਂ ਇਲਾਵਾ ਪੇਡ ਕੋਰਸ 220 ਰੁਪਏ ਦਾ, ਬੜਾ ਸਿੰਪਲ, ਜਿਸ ਵਿੱਚ ਪਿਛਲੇ ਸਾਲ ਦੇ ਸਾਰੇ ਪੇਪਰ ਅਤੇ ਸਾਰੇ ਜਿਹੜੇ ਨੇ ਪ੍ਰੈਕਟਿਸ ਸੈੱਟ ਪਾਏ ਗਏ ਨੇ, ਐਕਸਰਸਾਈਜ਼ ਕਰ ਸਕਦੇ ਹੋ। ਇਸ ਦੇ ਰਿਗਾਰਡਿੰਗ ਕੋਈ ਹੋਰ ਸਵਾਲ ਹੋਵੇ, ਬਾਕੀ ਸਾਰੀਆਂ ਗੱਲਾਂ ਨਾਲੋਂ ਨਾਲ ਚੱਲਣਗੀਆਂ। ਜਿਹੜੀ ਬੀ ਐੱਡ ਐਂਟਰੈਂਸ ਟੈਸਟ ਦੀ ਤਿਆਰੀ ਤੁਸੀਂ ਕਰਨੀ ਹੈ, ਬੀ ਐੱਡ ਐਸਟ ਫੋਰਮ ਭਰਨਾ ਹੈ, ਤੁਸੀਂ ਕੰਬੀਨੇਸ਼ਨ ਬਣਾਉਣੇ ਨੇ,
ਨੇ, ਮੇਜਰ ਮਾਈਨਰ ਸਬਜੈਕਟ ਦੀ ਪ੍ਰੋਬਲਮ ਆਏਗੀ, ਇਹ ਸਾਰੀਆਂ ਗੱਲਾਂ ਨਾਲੋਂ ਨਾਲ ਚੱਲਣਗੀਆਂ। ਤੁਸੀਂ ਜੁੜੇ ਰਹਿ ਸਕਦੇ ਹੋ। ਲਰਨ ਟੂ ਐਕਚੁਅਲਾਈਜ਼, ਡਾਕਟਰ ਤੀਰਥ ਸਿੰਘ, ਪ੍ਰੋਫੈਸਰ ਸਿਮਰਨਜੀਤ ਸਿੰਘ, ਏਕਨੂਰ ਕੌਰ, ਥੈਂਕ ਯੂ, ਥੈਂਕ ਯੂ।